ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਵੱਲੋਂ ਐਲਾਨ 'ਚ ਦੱਸਿਆ ਕਿ ਦੱਖਣੀ ਆਸਟ੍ਰੇਲੀਆ ਮੰਗਲਵਾਰ ਅੱਧੀ ਰਾਤ ਨੂੰ 1 ਮਿੰਟ 'ਤੇ ਆਪਣੀ 7 ਦਿਨਾਂ ਦੀ ਤਾਲਾਬੰਦੀ ਲੰਬੇ ਬੰਦ ਤੋਂ ਬਾਅਦ ਹਟਾਉਣ ਦੀ ਘੋਸ਼ਣਾ ਕੀਤੀ ਗਈ। ਮਾਸਕ ਸਮੇਤ ਕੁਝ ਪਾਬੰਦੀਆਂ ਜਾਰੀ ਰਹਿਣਗੀਆਂ। ਸਕੂਲ ਪ੍ਰਾਂਚਾਰੀ ਸਥਾਨ ਜਿਮ ਮੰਗਲਵਾਰ ਅੱਧੀ ਰਾਤ ਤੋਂ ਕੁਝ ਪਾਬੰਦੀਆਂ ਨਾਲ ਦੁਬਾਰਾ ਖੋਲ੍ਹਣ ਲਈ ਤੈਅ ਹੋਏ ਹਨ। ਪ੍ਰਚੂਨ ਦੁਕਾਨਾਂ ਅਤੇ ਮਨੋਰੰਜਨ ਸਥਾਨਾਂ ਨੂੰ ਵਪਾਰ ਕਰਨ ਦੀ ਆਗਿਆ ਦਿੱਤੀ ਜਾਏਗੀ। ਹਰੇਕ ਵਿਅਕਤੀ ਲਈ 4 ਵਰਗ ਮੀਟਰ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਮੁੱਖ ਜਨ ਸਿਹਤ ਅਧਿਕਾਰੀ ਪ੍ਰੋਫੈਸਰ ਨਿਕੋਲਾ ਸੁਪਰੀਅਰ ਨੇ ਕਿਹਾ ਕਿ ਜੋ ਮੋਡਬਰੀ ਸਮੂਹ 'ਚ ਹੁਣ 19 ਸਕਾਰਾਤਮਕ ਮਾਮਲੇ ਜੁੜੇ ਹੋਏ ਹਨ, ਲਗਭਗ 80 ਐਕਸਪੋਜ਼ਰ ਸਾਈਟਾਂ ਅਤੇ 2 ਵਿਅਕਤੀ, ਇੱਕ 80 ਸਾਲ ਦੀ ਉਮਰ 'ਚ ਇੱਕ ਆਦਮੀ ਅਤੇ ਔਰਤ ਇਸ ਵੇਲੇ ਹਸਪਤਾਲ 'ਚ ਸਥਿਰ ਸਥਿਤੀ 'ਚ ਹਨ। ਸ਼ੀਸ਼ਾ ਬਾਰ, ਨਾਚ ਅਤੇ ਗਾਉਣ 'ਤੇ ਪਾਬੰਦੀ ਰਹੇਗੀ। 4,000 ਤੋਂ ਵੱਧ ਦੱਖਣੀ ਆਸਟ੍ਰੇਲੀਆਈ ਐਕਸਪੋਜ਼ਰ ਸਾਈਟਾਂ ਦਾ ਦੌਰਾ ਕਰਨ ਤੋਂ ਬਾਅਦ ਘਰੇਲੂ ਕੁਆਰੰਟਾਈਨ 'ਚ ਪੂਰੇ 14 ਦਿਨ ਲਈ ਅਲੱਗ ਰਹਿਣ ਦੀ ਜ਼ਰੂਰਤ ਹੋਵੇਗੀ।